ਕਿਸੇ ਵੀ ਉਤਪਾਦ ਖੇਤਰ ਨਾਲ ਜੁੜੇ ਹੋਏ ਲੋਕਾਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਕੰਪਨੀਆਂ ਆਪਣੇ ਮੁਨਾਫੇ ਨੂੰ ਅੱਗੇ ਰੱਖਦੀਆਂ ਨੇ ਅਤੇ ਉਹਨਾਂ ਨਾਲ ਜੁੜੇ ਹੋਏ ਲੋਕਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਰ ਵੇਰਕਾ ਮਿਲਕ ਪਲਾਂਟ ਵੱਲੋਂ ਜਿੱਥੇ ਆਪਣੇ ਨਾਲ ਜੁੜੇ ਹੋਏ ਦੁੱਧ ਉਤਪਾਦਕਾਂ ਨੂੰ ਮੁਨਾਫਾ ਦੇਣ ਲਈ ਦੁੱਧ ਦੀ ਖਰੀਦ 'ਤੇ ਉੱਥੇ ਹੀ ਵੇਰਕਾ ਮਿਲਕ ਪਲਾਂਟ ਵੱਲੋਂ ਵਧਾਏ 2 ਰੁਪਏ ਰੇਟ ਨੇ ਦੁੱਧ ਉਤਪਾਦਕਾਂ ਨੂੰ ਖੁਸ਼ ਕਰਨ ਦੀ ਬਜਾਏ ਹੋਰ ਨਾਰਾਜ਼ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ 2 ਰੁਪਏ ਦਾ ਵਾਧਾ ਕੋਈ ਵਾਧਾ ਨਹੀਂ ਹੈ ਅਤੇ ਉਹ ਇਸ ਵਾਧੇ ਨੂੰ ਲੈਣ ਤੋਂ ਇਨਕਾਰ ਕਰਦੇ ਨੇ। ਸਾਡੀਆਂ ਮੇਨ ਮੰਗਾਂ ਜਿਹੜੀਆਂ ਜੀ ਦੁੱਧ ਉਤਪਾਦਕਾਂ ਨਾਲ ਸੰਬੰਧਿਤ ਨੇ, ਅੱਜ ਦੁੱਧ ਪੈਦਾ ਕਰਨ 'ਤੇ ਇੰਨੇ ਸਾਡੇ ਖਰਚੇ ਵੱਧ ਗਏ ਵੀ ਜਿਹੜੇ ਇਹ ਰੇਟ ਸਾਨੂੰ ਦਿੰਦੇ ਨੇ ਉਹ ਕਿਤੇ ਵੀ ਬਾਹਰ ਨਹੀਂ। ਤਾਂ ਫੀਡ ਦਾ ਰੇਟ, ਫਲਾਂ ਦਾ ਰੇਟ, ਮੱਕੀ ਦਾ ਰੇਟ, ਦਵਾਈਆਂ ਦਾ ਰੇਟ, ਲੇਬਰ ਦਾ ਰੇਟ, ਅਸੀਂ ਤਾਂ 2 ਗੱਲਾਂ 'ਤੇ ਅੱਜ ਇਕੱਠੇ ਹੋਏ ਹਾਂ। ਇਹਨਾਂ ਨੇ ਪਿੱਛੇ 2 ਰੁਪਏ ਰੇਟ ਵਧਾਇਆ ਹੈ, ਅਸੀਂ ਅੱਜ ਇਹਨਾਂ ਦਾ ਉਹ 2 ਰੁਪਏ ਰੇਟ ਰੱਦ ਕਰਦੇ ਹਾਂ। ਪਰ ਅਸੀਂ ਇਹ ਗੱਲ ਇਹਨਾਂ ਨੂੰ ਕਹਿੰਦੇ ਹਾਂ ਵੀ ਇੱਕ ਗਰਮੀਆਂ ਦੇ ਵਿੱਚ, ਸਰਦੀਆਂ ਦੇ ਵਿੱਚ ਇੱਕ ਕਮੇਟੀ ਕੰਸਟੀਟਿਊਟ ਕਰ ਦਿਓ ਜਿਹਦੇ ਵਿੱਚ ਦੁੱਧ ਉਤਪਾਦਕਾਂ ਦੇ ਨੁਮਾਇੰਦੇ ਹੋ ਜਾਣ, ਜੋ ਸਾਡੀ ਲਾਗਤ ਆਉਂਦੀ ਹੈ ਉਹਦੇ ਉੱਤੇ ਸਾਨੂੰ 50% ਮੁਨਾਫਾ ਦੇ ਦਿਓ, ਸਾਡਾ ਕੋਈ ਗਿਲਾ ਨਹੀਂ। ਜਾਂ ਸਾਨੂੰ ਗਾਵਾਂ ਦਾ 45 ਰੁਪਏ, ਮੱਝਾਂ ਦਾ 80 ਰੁਪਏ ਇਹਨਾਂ ਦੀ ਫੈਟ SNF ਦੇ ਮੁਤਾਬਕ ਨਿਯੁਕਤ ਕਰ ਦੇਣ। ਇਹ ਕਹਿਣ ਨੂੰ ਤਾਂ ਜੀ ਕਹਿੰਦੇ ਨੇ 2 ਰੁਪਏ ਕਿਲੋ ਰੇਟ ਵਧਾ ਤਾ, ਜਦੋਂ ਉਹਨਾਂ ਨੇ ਫੈਟ SNF ਦੇ ਡਿਵਾਈਡ ਹੋਣਾ 50-60 ਪੈਸੇ ਕਿਲੋ ਦੇ ਬਣਦਾ, ਇਹ ਤੋਂ ਵੱਧ ਨਹੀਂ ਬਣਦਾ। ਅਫਸੋਸ ਇਸ ਗੱਲ ਦਾ 13 ਤੋਂ ਲੈ ਕੇ 17 ਤੱਕ ਇਹਨਾਂ ਨੇ ਕਦੇ ਰੇਟ ਹੀ ਨਹੀਂ ਵਧਾਇਆ, ਜੇ ਥੋੜ੍ਹਾ ਰੇਟ ਵਧਾ ਤਾ ਫਿਰ ਮੁੱਕੇ ਘਟਾ ਤਾ। ਦੂਜੀ ਮੰਗ ਸਾਡੀ ਇਹ ਹੈ ਵੀ ਜਦੋਂ ਸਰਦੀਆਂ ਸ਼ੁਰੂ ਹੁੰਦੀਆਂ ਤਾਂ ਉਹਦੇ ਵਿੱਚ ਇੱਕਦਮ ਰੇਟ ਫਿਰ ਘਟਾ ਦਿੰਦੇ ਨੇ। ਤਾਂ ਇਹ ਤਾਂ ਕੋਈ ਇਹੋ ਜਿਹੀ ਇੰਡਸਟਰੀ ਨਹੀਂ ਵੀ ਅਸੀਂ ਗਰਮੀਆਂ ਦੁੱਧ ਇਹਨਾਂ ਨੂੰ ਦਈਏ, ਸਰਦੀਆਂ 'ਚ ਕਿਤੇ ਹੋਰ ਲੈ ਜਾਈਏ। ਅਗਰ ਸਰਦੀਆਂ ਦੇ ਵਿੱਚ ਦੁੱਧ ਵੱਧ ਹੈ, ਉਹਦੀ ਕਿਵੇਂ ਮਾਰਕੀਟਿੰਗ ਕਰਨੀ ਹੈ ਇਹ ਮਿਲਕ ਫੈਡ ਦੀ ਜ਼ਿੰਮੇਵਾਰੀ ਹੈ। ਮਿਲਕ ਫੈਡ ਮਾਰਕੀਟਿੰਗ ਫੈਡਰੇਸ਼ਨ ਹੈ, ਇਹ ਉਹਨਾਂ ਦਾ ਕੰਮ ਬਣਦਾ ਵੀ ਕਿਵੇਂ ਅਸੀਂ ਦੀ ਮਾਰਕੀਟਿੰਗ ਕਰਨੀ ਹੈ, ਕਿਸੇ ਆਪਣੇ ਦੁੱਧ ਉਤਪਾਦਕ ਨੂੰ ਜਿਉਂਦਾ ਰੱਖਣਾ। ਕਿਸਾਨਾਂ ਵੱਲੋਂ ਕਿਹਾ ਗਿਆ ਕਿ ਇਸ ਵੇਲੇ ਸੂਬੇ ਵਿੱਚੋਂ 35% ਲੋਕਾਂ ਵੱਲੋਂ ਆਪਣੇ ਪਸ਼ੂ ਵੇਚ ਦਿੱਤੇ ਗਏ ਨੇ ਅਤੇ ਜੇਕਰ ਉਹਨਾਂ ਦੀ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਗਿਆ ਤਾਂ ਉਹ ਇਸ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ। 30% ਪਸ਼ੂ ਲੋਕਾਂ ਨੇ ਵੇਚ ਦਿੱਤੇ, ਜਿਹੜੇ ਛੋਟੇ ਦੁੱਧ ਉਤਪਾਦਕ ਸੀ ਉਹ ਦੁੱਧ ਦਾ ਧੰਦਾ ਬੰਦ ਕਰ ਗਏ, ਜਿਹੜੇ ਬੜੇ ਦੁੱਧ ਉਤਪਾਦਕ ਨੇ ਉਹ ਦੁੱਧ ਦਾ ਧੰਦੇ ਨੂੰ ਛੱਡਣ ਦੇ ਕਿਨਾਰੇ ਆਏ ਨੇ। ਸੋ ਜੇ ਇੱਦਾਂ ਦੇ ਹਾਲਾਤ ਦੇ ਵਿੱਚ ਅਸੀਂ ਕਿੱਦਾਂ ਸਰਵਾਈਵ ਕਰਾਂਗੇ? ਇਸਦੇ ਨਾਲ ਹੀ ਜਿਹੜੀਆਂ ਸਾਡੀਆਂ ਦਿੱਕਤਾਂ ਨੇ, ਗੁੱਜਰਾਂ ਦੇ ਇੱਜੜਾਂ ਦੇ ਇੱਜੜ ਪਿੰਡਾਂ 'ਚ ਤੁਰੇ ਫਿਰਦੇ ਨੇ, ਉਹ ਗੌਰਮੈਂਟ ਪਲਾਂਟੇਸ਼ਨ ਕਰਾ ਰਹੀ ਹੈ ਤਾਂ ਉਹ ਸਾਰੀ ਪਲਾਂਟੇਸ਼ਨ ਖਾਈ ਜਾਂਦੇ ਨੇ, ਸਾਡੀਆਂ ਫਸਲਾਂ ਬਰਬਾਦ ਕਰਦੇ ਨੇ। ਦੂਜਾ, ਸੜਕਾਂ 'ਤੇ ਗੰਦ ਪਾਉਂਦੇ ਨੇ, ਪਸ਼ੂਆਂ 'ਚ ਬਿਮਾਰੀਆਂ ਫੈਲਾਉਂਦੇ ਨੇ, ਹੱਥ 'ਤੇ ਹੱਥ ਧਰੀ ਬੈਠੇ ਨੇ ਸਾਰਾ ਪ੍ਰਸ਼ਾਸਨ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ। ਗੱਲ ਇੱਥੇ ਤੱਕ ਚਲੇ ਗਈ, ਜੇ ਕਿਤੇ ਕੋਈ ਜ਼ਿਮੀਂਦਾਰ ਰੋਕਦਾ ਹੈ ਤਾਂ ਉਹ ਲੇਡੀਜ਼ ਨੂੰ ਅੱਗੇ ਕਰ ਦਿੰਦੇ ਨੇ, ਝਗੜਾ ਹੁੰਦਾ, ਥਾਣੇ ਰਬੜ ਦੇ ਦਿੰਦੇ ਨੇ। ਉਲਟਾ ਸਾਡੇ ਕਿਸਾਨਾਂ ਨੂੰ, ਸਾਡਿਆਂ ਨੂੰ ਉਹ ਜਲੀਲ ਹੋਣਾ ਪੈਂਦਾ ਔਰ ਉਹਨਾਂ ਨੂੰ ਪੈਸੇ ਦੇ ਕੇ ਫੈਸਲੇ ਹੁੰਦੇ ਨੇ। ਤਾਂ ਇਹਨਾਂ ਨੂੰ ਅਲਟੀਮੇਟਮ ਦੇਵਾਂਗੇ, ਅਗਰ ਇਹ 10 ਦਿਨ ਦੇ ਵਿੱਚ ਸਾਡੀਆਂ ਗੱਲਾਂ ਮੰਨਦੇ ਨੇ, ਬੈਠ ਕੇ ਗੱਲ ਕਰਦੇ ਨੇ, ਦੈਨ ਠੀਕ ਹੈ, ਨਹੀਂ ਤਾਂ ਅਸੀਂ ਇਸ ਐਜੀਟੇਸ਼ਨ ਨੂੰ ਪੰਜਾਬ ਦੇ ਹੋਰ ਮਿਲਕ ਪਲਾਂਟਾਂ 'ਚ ਵੀ ਲੈ ਕੇ। ਵੇਰਕਾ ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਧਰਨਾ ਕੁਝ ਚੁਣਿੰਦੇ ਸਿਆਸਤ ਤੋਂ ਪ੍ਰੇਰਿਤ ਲੋਕਾਂ ਵੱਲੋਂ ਲਗਾਇਆ ਗਿਆ ਹੈ। ਪਲਾਂਟ ਵੱਲੋਂ ਆਪਣੇ ਨਾਲ ਜੁੜੇ ਹਰ ਇੱਕ ਲੋਕਾਂ ਦੀ ਸਹੂਲਤਾਂ ਵੱਲ ਧਿਆਨ ਦਿੱਤਾ ਜਾ ਰਿਹਾ ਹੈ। 50,000 ਚੋਂ 200 ਲੋਕਾਂ ਦੀ ਨਹੀਂ ਮੰਨੀ ਜਾ ਸਕਦੀ। ਸਾਡੇ ਨਾਲ ਜੁੜੇ ਹੋਏ ਲੋਕ ਖੁਸ਼ ਨੇ। ਸਾਡੇ ਮਿਲਕ ਪਲਾਂਟ ਦੇ ਨਾਲ ਕਰੀਬ 50-60,000 ਜਿਹੜੇ ਪ੍ਰੋਡਿਊਸਰ ਆ ਉਹ ਜੁੜੇ ਹੋਏ ਨੇ। ਜੇ 200-300 ਬੰਦਾ 50,000 ਬੰਦੇ 'ਚੋਂ ਆ ਕੇ ਕੋਈ ਗੱਲ ਕਰਦਾ ਤਾਂ ਉਹ ਨਹੀਂ ਮੰਨੀ ਜਾ ਸਕਦੀ ਡੈਮੋਕ੍ਰੇਸੀ ਦੇ ਅੰਦਰ। ਲੋਕ ਖੁਸ਼ ਨੇ, ਸਾਰੇ ਦੇਸ਼ 'ਚੋਂ ਸਭ ਤੋਂ ਅੱਵਲ ਰੇਟ ਜਿਹੜਾ ਪਹਿਲੇ ਨੰਬਰ ਦਾ ਇਹ ਮਿਲਕ ਪਲਾਂਟ ਮੋਹਾਲੀ ਜਿਹੜਾ
ਸਾਡੇ ਮੰਤਰੀ ਸਾਹਿਬ ਰੰਧਾਵਾ ਸਾਹਿਬ ਨੇ ਜੋ ਕਿ ਬੜੇ ਇਮਾਨਦਾਰੀ ਦੇ ਨਾਲ ਆਪ ਵੀ ਕਿਸਾਨ ਨੇ, ਇਹ ਵੀ ਸਾਰੇ ਕਿਸਾਨ ਬੈਠੇ ਨੇ, ਕਿਸਾਨਾਂ ਨੇ ਸਾਨੂੰ ਉੱਥੇ ਭੇਜਿਆ ਆਪਣੀ ਸੇਵਾ ਲਈ। ਅਸੀਂ ਆਪਣਾ ਹਰ ਸਾਹ ਹਰ ਪਲ ਹਰ ਦਮ, GM ਸਾਹਿਬ ਬੈਠੇ ਨੇ ਬੜੀ ਮਿਹਨਤ ਕਰਦੇ ਨੇ, ਕਿਸਾਨ ਭਰਾਵਾਂ ਲਈ ਲਾ ਰਹੇ ਹਾਂ। ਸਾਰੇ ਦੇਸ਼ 'ਚੋਂ ਪਹਿਲੇ ਨੰਬਰ ਦਾ ਰੇਟ ਆ ਜਿਹੜਾ ਇਹ ਅਸੀਂ ਦੇ ਰਹੇ ਹਾਂ। ਇਹਨਾਂ ਦੇ ਸਹਿਯੋਗ ਨਾਲ ਅਸੀਂ ਫੀਡ 'ਤੇ ਵੀ ਜਿਹੜੀ ਸਬਸਿਡੀ ਹੈ ਕਿਸਾਨ ਭਰਾਵਾਂ ਨੂੰ ਦਿੱਤੀ ਹੈ। ਜਿੰਨਾ ਏਰੀਆ ਮਿਲਕ ਪਲਾਂਟ ਮੋਹਾਲੀ ਦਾ, ਇੱਥੇ ਤੁਸੀਂ ਦੇਖੋਗੇ ਕਦੇ ਖੁਦਕੁਸ਼ੀ ਨਹੀਂ ਹੁੰਦੀ ਕਦੇ ਵੀ, ਸਾਰੇ ਏਰੀਏ ਦੇ ਵਿੱਚ ਲੋਕ ਸਾਰੇ ਖੁਸ਼ ਨੇ। ਪਲਾਂਟ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਨੂੰ ਵੀ ਦਿੱਕਤ ਹੈ ਉਹ ਸਾਡੇ ਨਾਲ ਮਿਲ ਕੇ ਗੱਲ ਕਰਨ ਅਤੇ ਧਰਨਾ ਬੇਮਤਲਬ ਦੇ ਨਾ ਲਾਇਆ ਜਾਵੇ। ਹੁਣ ਦੇਖਣਾ ਹੋਵੇਗਾ ਕਿ ਦੁੱਧ ਉਤਪਾਦਕਾਂ ਦੇ ਪਲਾਂਟ ਵਿਚਾਲੇ ਕੀ ਗੱਲ ਹੁੰਦੀ ਹੈ ਅਤੇ ਇਸ ਦਾ ਸਿੱਟਾ ਕੀ ਨਿਕਲਦਾ ਹੈ। ਮੋਹਾਲੀ ਤੋਂ ਕੈਮਰਾ ਪਰਸਨ ਹਰਪ੍ਰੀਤ ਸੋਢੀ ਅਤੇ ਗੁਰਦੀਪ ਬੈਨੀਪਾਲ ਦੇ ਨਾਲ ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।